ਪੰਜਾਬ ਦਾ ਕੀ ਹਾਲ ਬੁਰਾਈ ਹੈ ਪਰ ਆਪਾਂ ਤਾਂ ਗੱਲ ਬਠਿੰਡੇ ਦੀ ਕਰਦੇ ਆ ਬਠਿੰਡੇ ਦੇ ਵਿੱਚ ਅੱਜ ਕੱਲ ਬੀਅਰ 12 ਤੇ ਹਾਰਡ ਲਿਕਰ 12 ਦੇ ਖੁੱਲਣ ਦਾ ਰੁਝਾਨ ਬੜਾ ਚੱਲ ਪਿਆ ਬੜੀਆਂ ਮਹਿੰਗੀਆਂ ਮਹਿੰਗੀਆਂ ਐਂਡ ਵੇਖਣ ਵਾਲੀ ਗੱਲ ਹੈ ਕਿ ਇੰਡਸਟਰੀ ਤੇ ਇੱਥੇ ਆਈ ਨਹੀਂ ਅਮੀਰ ਤਾਂ ਕੋਈ ਇੱਥੇ ਨਵਾਂ ਜੰਮਿਆ ਨਹੀਂ ਹੁਣ ਇੱਥੇ ਕੀ ਚੀਜ਼ ਐ ਇਹ ਲੁਕਣਗਾਹਾਂ ਜਿਹੜੀਆਂ ਬੱਚਿਆਂ ਦੀਆਂ ਦਿਨੇ ਟੂਸ਼ਨਾਂ ਤੇ ਆਉਂਦੇ ਨੇ ਕੋਈ ਹਾਈਲਾਈਟਸ ਕਰਨ ਆਉਂਦਾ ਕੋਈ ਡੰਮੀ ਐਡਮਿਸ਼ਨਾਂ ਲੈ ਕੇ ਆਉਂਦਾ ਉਹ ਬੱਚੇ ਫਿਰ ਇੰਨਾ 12 ਦੇ ਵਿੱਚ ਬੰਦੇ ਆ ਜਦਕਿ ਪੰਜਾਬ ਦਾ ਐਕਸਰਾਈਜ਼ ਐਕਟ ਜਿਹੜਾ ਉਹ ਕਹਿੰਦਾ ਕਿ 25 ਸਾਲ ਤੋਂ ਘੱਟ ਵਿਅਕਤੀ ਜਿਹੜਾ ਇਹ ਬਾਰ ਦੇ ਵਿੱਚ ਐਂਟਰੀ ਨਹੀਂ ਕਰ ਸਕਦਾ दारू ਪੀਣੀ ਤਾਂ ਦੂਰ ਦੀ ਗੱਲ ਜੀ ਪਰ ਹੈਰਾਨੀ ਦੀ ਗੱਲ ਢਿਲੋ ਸਾਹਿਬ ਸੁਣ ਕੇ ਤੁਹਾਡਾ ਵੀ ਅੱਖਾਂ 'ਚੋਂ ਪਾਣੀ ਆ ਜਾਊਗਾ 13 13 14 14 ਸਾਲਾਂ ਦੀਆਂ ਬੱਚੀਆਂ ਨੂੰ ਉੱਥੇ ਦਾ ਰੂਪ ਲਈ ਜਾ ਰਹੀ ਸੀ ਇੰਨਾ ਪੈਸੇ ਦੇ ਲਾਲਚ ਦੇ ਵਿੱਚ ਇਹ ਲੋਕ ਜਿਹੜੇ ਆ ਬੱਚੀਆਂ ਨਾਲ ਇਸ ਤਰ੍ਹਾਂ ਦਾ ਭੂੜੀਆਂ ਬੱਚੀਆਂ ਨੂੰ ਜਿਹੜਾ ਹੈਗਾ ਕਿਉਂਕਿ ਬਚਪਣਾ ਬੱਚਿਆਂ ਦਾ ਕੀ ਹੈ ਕਿਉਂਕਿ ਉੱਥੇ ਜ਼ਿੰਮੇਵਾਰੀ ਤਾਂ ਜਦੋਂ ਤੁਸੀਂ ਸਰਕਾਰ ਤੋਂ ਲਾਇਸੈਂਸ ਲੈਣੇ ਹੋ ਕਈ ਵੀਰ ਮੈਨੂੰ ਫੇਸਬੁੱਕ ਤੇ ਕਹਿ ਰਹੇ ਨੇ ਲਿਖ ਰਹੇ ਨੇ ਜੀ ਉਹ ਤਾਂ ਜ਼ਿੰਮੇਵਾਰੀ ਮਾਪੇ ਦੀ ਹੈ ਮੈਂ ਕਹਾਂ ਜ਼ਿੰਮੇਵਾਰੀ ਮਾਪੇ ਦੀ ਨਹੀਂ ਇੱਕ ਕਾਨੂੰਨ ਹੈ ਕਾਨੂੰਨ ਦੇ ਵਿੱਚ ਉਹਨਾਂ ਲਾਇਸੈਂਸ ਲੈ ਲਾਇਸੈਂਸ ਦੇ ਵਿੱਚ ਲਿਖਿਆ ਜਾਂਦਾ ਕਿ 25 ਸਾਲ ਤੋਂ ਘੱਟ ਵਿਅਕਤੀ ਨੂੰ ਜਿਹੜਾ ਇੱਥੇ ਦਰੂ ਨਹੀ ਪਾਈ ਜਾਊਗੀ ਤੇ ਉਹਦਾ ਫਿਰ ਅਖੀਰ ਜੀ ਮੈਂ ਕਵਾਂਗਾ ਕਿ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਇਸ ਗੱਲ ਦੀ ਉੱਥੇ ਅਫਸਰ ਨੂੰ ਵਧਾਈ ਦੇਣਾ ਕਿ ਜਦੋਂ ਉੱਥੇ ਫਿਰ ਸਿੱਧੀ ਗੱਲ ਪਚਾਈ ਕਿਉਂਕਿ ਇਠਾ ਤਾਂ ਗੱਲਾਂ ਇਨਾਂ ਕੋਲੇ ਤਾਂ ਨੀਤੀ ਹੁੰਦੀਆਂ ਸੀ ਫਿਰ ਉੱਥੋਂ ਤਾਰਾਂ ਖੜਕੀਆਂ ਢੱਲੋ ਸਾਹਿਬ 8 ਮਿੰਟਾਂ ਦੇ ਵਿੱਚ ਰੇਡ ਪਾ ਕੇ ਫਿਰ ਉਹ ਜਿਹੜੇ ਬੱਚੇ ਕੁਝ ਤਾਂ ਚਲੇ ਗਏ ਸੀ ਕੁਝ ਜਿਹੜੀਆਂ ਬੱਚੀਆਂ ਨੂੰ ਉੱਥੇ ਬਿਠਾਇਆ ਪੁਲਿਸ ਨੇ ਉਹਨਾਂ ਦੇ ਬਲੱਡ ਸੈਂਪਲ ਲਏ ਕਿਉਂਕਿ ਬਲੱਡ ਸੈਂਪਲ ਤੋਂ ਬਿਨਾ ਤਾਂ ਫਿਰ ਪਰਚਾ ਨਹੀਂ ਸੀ ਦਰਜ ਹੁੰਦਾ ਹੁਣ ਹਜੇ ਰਿਜ਼ਲਟ ਆਉਣਾ ਹੈ ਜਿਹੜੇ ਬਲੱਡ ਸੈਂਪਲ ਦਾ ਪਰ ਪੁਲਿਸ ਇੱਥੋਂ ਦੀ ਹਜੇ ਵੀ ਉਹਨਾਂ ਪ੍ਰਤੀ ਉਹੋ ਖੜਕਾ ਨਹੀਂ ਕਰ ਰਹੀ ਜਿਹੜਾ ਹੋਣਾ ਚਾਹੀਦਾ ਸੀ ਨਹੀਂ ਗੱਲ ਇਹ ਹੈ ਵੀ ਤੁਸੀਂ ਇਹਨਾਂ ਕੋਲ ਕਹੋ ਕਿ ਪੁਲਿਸ ਬਠਿੰਡੇ ਦੀ ਪੁਲਿਸ ਕਿਤੋਂ ਦੀ ਵੀ ਹੋਵੇ ਜੀ ਜੇ ਆਪਾਂ ਬਠਿੰਡੇ ਦੀ ਪੁਲਿਸ ਦੀ ਗੱਲ ਕਰੀਏ ਬਠਿੰਡੇ ਦੇ ਸਿਵਲ ਪ੍ਰਸ਼ਾਸਨ ਦੀ ਗੱਲ ਕਰੀਏ ਆਪਾਂ ਹੁਣ ਵਾਲੇ ਨੂੰ ਛੱਡ ਦਈਏ ਇਥੋਂ ਪਿਛਲੇ ਨੂੰ ਲੈ ਲਈਏ ਹੂੰ ਹੂੰ ਤਾਂ ਜਿਹੜੀ ਪਿਛਲੇ ਦਿਨਾਂ ਚ ਬੜੀ ਦਰਦਨਾਕ ਘਟਨਾ ਵਾਪਰੀ ਹੈ ਲਹਿਰਾ ਬੇਗਾ ਦੇ ਵਿੱਚ ਜੀ ਉਹਦੇ ਵਿੱਚ ਤੁਸੀਂ ਕੀ ਕਹੋਗੇ ਕਹੋ ਵੀ ਢਲੋ ਸਭ ਐਸੇ ਕਰਨ ਵਾਲੀ ਹੈ ਚਰਚਾ ਆਪਣੀ ਹਾਂ ਉਨੀ ਉਹ ਅਸਲ ਦੇ ਵਿੱਚ ਕੀ ਹੋਇਆ ਕਿ ਲਹਿਰਾ ਬੇਗਾ ਪਿੰਡ ਦੇ ਵਿੱਚ ਇੱਕ ਪਰਿਵਾਰ ਹੈ ਜੀ ਜਿਸ ਪਰਿਵਾਰ ਦੇ ਕੋਲੇ ਸੋਹਣੀ ਜਾਇਦਾਦ ਸੀ ਜੀ ਲekin ਪਿਛਲੇ 50 ਸਾਲਾਂ ਤੋਂ ਉਸ ਪਰਿਵਾਰ ਦੀ ਤਰਾਸਦੀ ਹੈ ਕਿ ਉਸ ਪਰਿਵਾਰ ਦੇ ਵਿੱਚ ਜਿਹੜੀ ਔਲਾਦ ਖਾਸ ਕਰਕੇ ਜਿਹੜੀ ਮਰਦ ਔਲਾਦ ਪੈਦਾ ਹੁੰਦੀ ਹੈ ਜੀ ਮੇਲ ਬੱਚੇ ਜਿਹੜੇ ਪੈਦਾ ਹੁੰਦੇ ਸੀ ਉਹ ਗੂੰਗੇ ਤੇ ਬੋਲੇ ਸੀ ਨਾ ਉਹਨਾਂ ਨੂੰ ਸੁਣਦਾ ਸੀ ਤੇ ਨਾ ਉਹਨਾਂ ਤੋਂ ਬੋਲਿਆ ਜਾਂਦਾ ਸੀ ਬੋਲਿਆ ਜਾਂਦਾ ਸੀ ਨਤੀਜਾ ਹੋਇਆ ਕਿ ਰਿਸ਼ਤੇਦਾਰਾਂ ਦੀਆਂ ਤੇ ਹੋਰਾਂ ਲੋਕਾਂ ਦੀਆਂ ਜਿਹੜੀਆਂ ਆਵਾਜ਼ ਅੱਖਾਂ ਉਹਨਾਂ ਦੀ ਪ੍ਰਾਪਰਟੀ ਦੇ ਉੱਤੇ ਪੈ ਗਈ ਜੀ ਕੁਝ ਰਿਸ਼ਤੇਦਾਰਾਂ ਨੇ ਉਹਨਾਂ ਨੇ ਠੱਗੀ ਮਾਰ ਲਈ ਚਲੋ ਹੋਇਆ ਕੀਤਾ ਇਹੋ ਜਿਹੇ ਕੇਸਾਂ ਦੇ ਵਿੱਚ ਤੁਹਾਨੂੰ ਪਤਾ ਵੀ ਵਿਆਹ ਹੋਣੇ ਬੜੇ ਮੁਸ਼ਕਲ ਹੋ ਜਾਂਦੇ ਬਿਲਕੁਲ ਜਿਹੜੀ ਐਡ ਪ੍ਰੈਜ਼ੈਂਟ ਉਹਨਾਂ ਦੀ ਸਥਿਤੀ ਹੈ ਵੀ ਉਹਨਾਂ ਦੀ ਮਾਂ ਗੂੰਗੀ ਬੋਲੀ ਦੋ ਭਰਾ ਹੈ ਤੇ ਦੋਨੇ ਭਰਾ ਵੀ ਗੂੰਗੇ ਬੋਲੇ ਅੱਛਾ ਜੀ ਉਹਨਾਂ ਦੇ ਵਿੱਚ ਇੱਕ ਦਾ ਨਾਂ ਨਾਥ ਸਿੰਘ ਹੈ ਤੇ ਇੱਕ ਦਾ ਨਾਂ ਮੰਗਾ ਸਿੰਘ ਹੈ ਜੀ ਨਾਥ ਸਿੰਘ ਦਾ ਵੀ ਸਿੱਧਾ ਵਿਆਹ ਨਹੀਂ ਸੀ ਹੁੰਦਾ ਨਾਥ ਸਿੰਘ ਦਾ ਇੱਕ ਉਸ ਬੀਬੀ ਦੇ ਨਾਲ ਵਿਆਹ ਹੋ ਗਿਆ ਜਿਸ ਬੀਬੀ ਦਾ ਆਪਣੇ ਘਰ ਵਾਲੇ ਨਾਲ ਪਹਿਲਾਂ ਤਲਾਕ ਤਲਾਕ ਹੋਇਆ ਸੀ ਤਲਾਕ ਹੋਇਆ ਸੀ ਲੇਕਿਨ ਉਹ ਇੱਕ ਬੱਚੀ ਦੀ ਮਾਂ ਸੀ ਹੂੰ ਹੂੰ ਜਦੋਂ ਨਾਥ ਸਿੰਘ ਦੇ ਨਾਲ ਉਹਦੀ ਮੈਰਿਜ ਹੋ ਗਈ ਤਾਂ ਉਹ ਬੱਚੀ ਨੂੰ ਕਿੱਥੇ ਛੱਡ ਕੇ ਆਵਗੇ ਬੱਚੀ ਵੀ ਨਾਲ ਹੀ ਆ ਗਈ ਨਾਲ ਹੀ ਆ ਗਈ ਬਾਅਦ ਵਿੱਚ ਨਾਥ ਸਿੰਘ ਦੇ ਨੁਤਵੇਂ ਤੋਂ ਉਹਨਾਂ ਦੇ ਦੋ ਬੱਚੇ ਹੋਰ ਹੋ ਗਏ ਜੀ ਉਹ ਬੱਚੇ ਚੋਂ ਸ਼ੁਕਰ ਹੈ ਕੁਦਰਤ ਦਾ ਕਿ ਉਹ ਦੋਨੋਂ ਬੱਚਿਆਂ ਨੂੰ ਸੁਣਦਾ ਵੀ ਹੈ ਤੇ ਉਹ ਬੋਲਦੇ ਵੀ ਆ ਸਕੂਲ ਵੀ ਜਾਂਦੇ ਆ ਪੜ੍ਹਦੇ ਵੀ ਜੀ ਉਹਨਾਂ ਨੇ ਇੰਨੀ ਇੱਕ ਗੱਲ ਕੀਤੀ ਕਿ ਆਪਣੇ ਬਾਪ ਨੂੰ ਤੇ ਆਪਣੇ ਚਾਚੇ ਨੂੰ ਦਸਕਤ ਕਰਨੇ ਸਿਖਾਤੇ ਕਿ ਤੁਸੀਂ ਦਸਕਤ ਕਰ ਲਿਆ ਕਰੋ ਗੂਠਾ ਨਾ ਲਾਇਆ ਕਰੋ ਤੁਹਾਨੂੰ ਕਿਹੜਾ ਕੁਝ ਆਉਂਦਾ ਪੜ੍ਹਨ ਹੂੰ ਹੂੰ ਆਪਦੇ ਕੰਨੀਓ ਤਾਂ ਸਾਰ ਨੂੰ ਸਿੱਖਿਆ ਬਿਹਾਣ ਕਰਾਉਂਦੇ ਸੀ ਚਲੋ ਹਾਂ ਕੁਝ ਕਰਵਾਤਾ ਇਹ ਹੋਇਆ ਨਤੀਜਾ ਕੀ ਹੋਇਆ ਕਿ ਜਿਹੜਾ ਪੁੱਚੋ ਮੰਡੀ ਹੈ ਜੀ ਪੁੱਚੋ ਮੰਡੀ ਦੇ ਲਈ ਇੱਕ ਦਾਣਾ ਮੰਡੀ ਘਟਣ ਦਾ ਪ੍ਰੋਗਰਾਮ ਬਣ ਗਿਆ ਸਰਕਾਰ ਤੌਰ ਸਰਕਾਰੀ ਤੌਰ ਦੇ ਉੱਤੇ ਅਨਾਜ ਮੰਡੀ ਬਣਾਉਣੀ ਸੀ ਹੂੰ ਹੂੰ ਇਹਨਾਂ ਦੀ ਜ਼ਮੀਨ ਜਿਹੜੀ ਲਹਰਾ ਬੇਗਾ ਦੀ ਜ਼ਮੀਨ ਹੈਗੀ ਜਿਹੜੀ ਪੁੱਚੋ ਨੂੰ ਸੜਕ ਆਉਂਦੀ ਹੈ ਉਹ ਸੜਕ ਦੇ ਉੱਪਰ ਹੈ ਤੇ ਉਹਦੇ ਵਿੱਚ ਇੱਕ ਏਕੜ ਜ਼ਮੀਨ ਹੈ ਜੀ ਜਿਹੜੀ ਉਹ ਆ ਰਹੀ ਹੈ ਉਹਦੇ ਚ ਦਾਣਾ ਮੰਡੀ ਚ ਜੀ ਜਦੋਂ ਇੱਕ ਏਕੜ ਜ਼ਮੀਨ ਆ ਗਈ ਤੇ ਉੱਥੇ ਪਟਵਾਰੀ ਲੱਗਿਆ ਹੋਇਆ ਹੈ ਜਗਤਾਰ ਸਿੰਘ ਜੱਗਾ ਜੀ ਤੇ ਜੱਗਾ ਐਡਾ ਕਲਾਕਾਰ ਬੰਦਾ ਹੈ ਜੀ ਉਸ ਕਲਾਕਾਰ ਬੰਦੇ ਨੇ ਉਹਨਾਂ ਦੀ ਜ਼ਮੀਨ ਦਾ 1 ਏਕੜ ਜਿਹੜੀ ਹੈ ਹੂੰ ਉਹ 1 ਏਕੜ ਜ਼ਮੀਨ ਕਿਸੇ ਤਰੀਕੇ ਦੇ ਨਾਲ ਜਿਹੜਾ ਆਪ ਦਾ ਕਰਿੰਦਾ ਹੈ ਜੀ ਉਹਦਾ ਨਾਮ ਵੀ ਜਗਦੇਵ ਸਿੰਘ ਜੱਗਾ ਹੈ ਉਹ ਬੈਰੋਕੇ ਪਿੰਡ ਦਾ ਰਹਿਣ ਵਾਲਾ ਸੀ ਹੂੰ ਹੂੰ ਉਹਨੂੰ ਇੱਥੇ ਲਿਆਂਦਾ ਤੇ ਉਹਨੂੰ ਬੜੇ ਤਰੀਕੇ ਨਾਲ ਉਹਨਾਂ ਦੇ ਘਰ ਦੇ ਵਿੱਚ ਐਂਟਰੀ ਕਰਾਈ। ਅੱਛਾ ਜੀ। ਦੂਰ ਤੋਂ ਦੂਰ ਦੀ ਕਿਤੇ ਰਿਸ਼ਤੇਦਾਰੀ ਸੀਗੀ? ਹਾਂ ਹਾਂ। ਉਹਨਾਂ ਦੇ ਘਰੇ ਵੀ ਤੂੰ ਭਾਈ ਰਹਿ ਪਿਆ ਕਰ ਰੋਟੀ ਖਾ ਲਈ ਉਹ ਰਿਸ਼ਤੇਦਾਰ ਬਣ ਕੇ ਉਹਨਾਂ ਦੇ ਘਰੇ ਰਹਿਣ ਲੱਗ ਪਿਆ। ਹੂੰ ਹੂੰ। ਉਹਨੇ ਉਹਨਾਂ ਦਾ ਜਿਹੜਾ ਹੈਗਾ ਵਿਸ਼ਵਾਸ ਹਾਸਲ ਕਰ ਲਿਆ ਉਸ ਟੱਬਰ ਨੂੰ ਵਿਚਾਰੇ ਨੂੰ ਜਿਨ੍ਹਾਂ ਨੂੰ ਮਤਲਬ ਗੁੰਗੇ ਤੇ ਗੋਲੇ ਸੀ। ਉਹਨਾਂ ਨੂੰ ਹੈਗਾ ਕਿ ਸਾਡਾ ਕਸਟੋਡੀਅਨ ਹੀ ਇਹ ਹੈ। ਇਹ Êਦੂ ਬਾਦ ਕੋਈ ਬੰਦਾ ਹੈ। Êਦੂ ਬਾਦ ਕੋਈ ਨਹੀਂ ਸਾਡੇ ਸਾਰੇ ਹਿੱਤਾਂ ਦੀ ਜਿਹੜੀ ਰਾਖੀ ਇਹ ਬੰਦਾ ਕਰੂਗਾ। ਉਹਦਾ ਕਰਕੇ ਲੋ ਜੀ ਉਹਨਾਂ ਨੇ ਇੱਕ ਏਕੜ ਜ਼ਮੀਨ ਉਹਦੇ ਨਾਲ ਟ੍ਰਾਂਸਫਰ ਕਰਵਾ ਲਈ ਤੇ ਉਹਦਾ ਮੁਆਵਜ਼ਾ ਕਿੰਨਾ ਮਿਲਿਆ ਜੀ ਨਵੇਂ ਜਿਹੜਾ 2013 ਵਾਲਾ ਐਕਟ ਹੈ ਐਕ acquisition ਐਕਟ ਜੀ ਲਗਭਗ 1 ਕਰੋੜ ਰੁਪਇਆ ਮੁਆਵਜ਼ਾ ਮਿਲਿਆ ਤੇ 1 ਕਰੋੜ ਰੁਪਇਆ ਸਿੱਧਾ ਜੱਗਾ ਜਗਦੇਵ ਸਿੰਘ ਜੱਗਾ ਦੇ ਨਾਂ ਤੇ ਗਿਆ ਘਰਦਿਆਂ ਨੂੰ ਕੱਖ ਨਹੀਂ ਮਿਲਿਆ ਕੱਖ ਨਹੀਂ ਮਿਲਿਆ 1 ਕਰੋੜ ਉਹ ਲੈ ਗਏ ਇਸੇ ਦੌਰਾਨ ਕੀ ਹੋਇਆ ਕਿ ਇੱਕ ਏਕੜ ਜ਼ਮੀਨ ਹੋਰ ਹੂੰ ਪਟਵਾਰੀ ਨੇ ਆਪਣੀ ਮਾਂ ਦੇ ਨਾਂ ਕਰਤੀ ਉਹਨਾਂ ਦੀ ਉਨ੍ਹਾਂ ਦੀ ਉਹਦੇ ਚ ਕੀ ਲਿਆ ਕਿ ਗਿੱਦੜਪਿੰਡ ਹੈ ਗੰਗਾ ਦੇ ਨਾਲ ਜਿੱਥੋਂ ਦਾ ਪਟਵਾਰੀ ਰਹਿਣ ਵਾਲਾ ਹੈ ਜੀ ਕਿ ਗਿੱਦੜਪਿੰਡ ਦੇ ਵਿੱਚ ਪਟਵਾਰੀ ਦੀ ਮਾਂ ਦੇ ਨਾਲ 1 ਏਕੜ ਜ਼ਮੀਨ ਹੈ ਉਸ ਜ਼ਮੀਨ ਦਾ ਇਹਦੇ ਨਾਲ ਤਵਾਦਲਾ ਹੋ ਗਿਆ ਇਹ ਕਰਕੇ 1 ਏਕੜ ਜ਼ਮੀਨ ਆਪਦੀ ਮਾਂ ਦੇ ਨਾਲ ਕਰਵਾ ਲਈ ਇੱਕ ਹੋਰ ਉਹ ਜ਼ਮੀਨ ਸੀ ਕਿ ਕੋਈ ਗੰਗਾਪਿੰਡ ਚ ਕਾ ਨੂੰ ਹੈ ਇਹ ਤਾਂ ਮੈਂ ਅਚ ਐਵੇਂ ਕਾਗਜ਼ਾਂ ਚ ਇਹ ਅੱਗੇ ਆਉਣਾ ਨਾ ਮੈਨੂੰ ਅੱਗੇ ਆਉਣਾ ਅੱਗੇ ਇਹ ਭਾਂਡਾ ਫੁੱਟੇ ਕਿਥੋਂ ਅੱਛਾ ਅੱਛਾ ਭਾਂਡਾ ਇਹ ਫੁੱਟੇ ਕਿ ਉੱਥੇ ਦਾ ਇੱਕ ਜ਼ਿਮੀਂਦਾਰ ਹੋਰ ਸੀ ਛੋਟਾ ਜ਼ਿਮੀਂਦਾਰ ਉਸ ਜ਼ਮੀਨدار ਦੀ ਤਿੰਨ ਕਨਾਲਾਂ ਜ਼ਮੀਨ ਵੀ ਇਹਨਾਂ ਨੇ ਇਮੇਜ ਵਿੱਚ ਆਪਣੇ ਨਾਂ ਨੂੰ ਕਰਵਾ ਕੇ ਤੇ ਉਹਦਾ ਰਾਈਟ ਆਫ ਖਤਮ ਕਰਤਾ ਓਕੇ ਉਹ ਫਿਰਦਾ ਰਿਹਾ ਵਿਚਾਰਾ ਕਦੇ ਕਿਸੇ ਕੋਲ ਜਾਵੇ ਕਦੇ ਕਿਸੇ ਕੋਲ ਜਾਵੇ ਜੀ ਮੈਨੂੰ ਮੇਰਾ ਦਵਾਓ ਮੈਨੂੰ ਦਵਾਓ ਕਹਿੰਨੀ ਅਖੀਰ ਉਹਨੇ ਚੁਣੌਤੀ ਦਿੱਤੀ ਕਹਿੰਦਾ ਪਟਵਾਰੀਆ ਤੂੰ ਮੇਰੇ ਨਾਲ ਕੀਤਾ ਬਹੁਤ ਤੱਕਾ ਹਮ ਮੈਂ ਤਾਂ ਗਿਆ ਜਿਉਂਦਾ ਮਰ ਛੱਡਣਾ ਮੈਂ ਤੈਨੂੰ ਵੀ ਨਹੀਂ ਮੈਂ ਤੇਰੇ ਪਟਵਾਰਖਾਨੇ ਦੇ ਵਿੱਚ ਆ ਕੇ ਆਤਮ ਹੱਤਿਆ ਕਰੂੰਗਾ ਜੀ ਪਰ ਉਹਦੇ ਕੰਨ ਤੇ ਫਿਰ ਜੂਨਾ ਸਰਕੀ ਸਰਕੀ ਕਿਉਣਾ ਹਮ ਕਿਉਂਕਿ ਪਹਿਲਾਂ ਤਾਂ ਉਹ ਸੇਵਾ ਕਰਦਾ ਸੀ ਪੁਰਾਣੇ ਸਿਆਸਤਦਾਨਾਂ ਦੀ ਪੁਰਾਣੇ ਹਾਕਮਾਂ ਦੀ ਜਿਹੜੀ 10 ਸਾਲ ਸਰਕਾਰ ਰਹੀ ਆ ਕਾਦੀ ਸਰਕਾਰ ਉਹਨਾਂ ਦੇ ਕਰਿੰਦਿਆਂ ਦੀ ਮਦਦ ਕਰਦਾ ਸੀ ਫਿਰ ਨਵੀਂ ਸਰਕਾਰ ਬਣ ਗਈ ਤੇ ਉਹਨੇ ਨਾਲ ਦੀ ਨਾਲ ਹੀ ਬੰਦਾ ਤੇ ਇਸ ਤਰ੍ਹਾਂ ਸੀ ਕਿ ਪੁਰਾਣੇ ਤਾਂ ਹੁਣ ਸਾਬਕਾ ਹੀ ਹੋ ਗਏ ਡੋਲੂ ਇੱਧਰ ਰੱਖਿਆ ਜਾ ਕੇ ਤੇ ਉਹਨੇ ਮੌਜੂਦਾ ਨੂੰ ਜਿਹੜਾ ਹੈਗਾ ਉਹਨਾਂ ਨੂੰ ਖੁਸ਼ ਕਰਨਾ ਸ਼ੁਰੂ ਕਰ ਦਿੱਤਾ ਉਹਦਾ ਦਿਮਾਗ ਇੰਨਾ ਖਰਾਬ ਹੋਇਆ ਸੀ ਕਿ ਕਹਿੰਦਾ ਜੋ ਮਰਜ਼ੀ ਕਰ ਲੈ ਮੇਰੀ ਸਿੱਤ ਤੇ ਕੋਈ ਅਸਰ ਨਹੀਂ ਹੁੰਦਾ ਠੀਕ ਹੈ ਜੀ ਕਹਿੰਦਾ ਲਓ ਜੀ ਉਸ ਬੰਦੇ ਨੇ ਆਪਣੀ ਜੀਵਨ ਲੀਲਾ ਪਟਵਾਰ ਖਾਨਾ ਸੀਮਾ ਪਿੰਡ ਦੇ ਵਿੱਚ ਪਟਵਾਰ ਖਾਨਾ ਹੈ ਜਿਹੜਾ ਇਹ ਵਾਲਾ ਬੇਗਾ ਵੀ ਉਸੇ ਚ ਹੀ ਹੁੰਦਾ ਹੈ ਅੱਛਾ ਉੱਥੇ ਜਾ ਕੇ ਬੰਦੇ ਨੇ ਜੀ ਸਪਰੇਅ ਵਾਲੀ ਦਵਾਈ ਪੀ ਲਈ ਤੇ ਉੱਥੇ ਹੀ ਮਰ ਗਿਆ ਦੱਸੋ ਜਦੋਂ ਮਰ ਗਿਆ ਫਿਰ ਉੱਥੇ ਅੰਦੋਲਨ ਸ਼ੁਰੂ ਹੋਇਆ ਪ੍ਰਸ਼ਾਸਨ ਦੇ ਕੰਨ ਤੇ ਜੂ ਫਿਰ ਨਹੀਂ ਚਰਖੀ ਫਿਰ ਨਹੀਂ ਸਰਕੀ ਫਿਰ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵਾਲੇ ਨੇ ਉੱਥੇ ਜੀ ਆਪ ਦਾ ਅੰਦੋਲਨ ਸ਼ੁਰੂ ਕਰਤਾ ਉਸ ਅੰਦੋਲਨ ਦੀ ਬਦੌਲਤ 306 ਦਾ ਪਰਚਾ ਦਾ ਪਟਵਾਰੀ ਦੇ ਖਿਲਾਫ ਦਰਜ ਹੋ ਗਿਆ ਪਰ ਗ੍ਰਿਫਤਾਰੀ ਨਹੀਂ ਹੋਈ ਗ੍ਰਿਫਤਾਰੀ ਵੀ ਹੋ ਗਈ ਗ੍ਰਿਫਤਾਰੀ ਵੀ ਚਲਾ ਗਿਆ ਸੀ 306 ਦੇ ਵਿੱਚ ਜ਼ਮਾਨਤ ਹੋ ਉੱਥੋਂ ਹੀ ਗੱਲ ਇਹ ਨਿਕਲੀ ਕਿ ਇਹਨਾਂ ਦਾ ਜੀ ਆਉਣੀ ਜਾਣੀ ਹੈ ਉਹ ਕਰੇ ਹੂੰ ਗੁੰਗਿਆ ਬੋਲੇ ਦੇ ਤੇ ਉਹਦੀ ਵੀ ਪੜਤਾਲ ਹੋਣੀ ਜ਼ਰੂਰੀ ਬਣਦੀ ਹੈ ਕੁਝ ਬੰਦੇ ਨੇ ਪੜਤਾਲ ਸ਼ੁਰੂ ਕਰਤੀ ਤਾਂ ਕਿਸਾਨ ਯੂਨੀਅਨ ਲੈ ਤਾਂ ਇਸ਼ਾਨ ਯੂਨੀਅਨ ਤੋਂ ਲਾਵਾ ਕੁਝ ਪ੍ਰਾਈਵੇਟ ਬੰਦੇ ਨੇ ਵੀ ਪੇਸ਼ ਕਰਤੀ ਹੂੰ ਹੂੰ ਉਹਦੇ ਵਿੱਚੋਂ ਪਤਾ ਲੱਗਾ ਕਿ ਇੱਕ ਕਿਲਾ ਜ਼ਮੀਨ ਦਾਤਾ ਜੀ ਕਰੋੜ ਰੁਪਏ ਦੇ ਕਰੀਬ ਮੁਆਵਜ਼ਾ ਚੱਕ ਕੇ ਲੈ ਗਈ ਜੀ ਤੇ ਕਰੋੜ ਰੁਪਏ ਦੀ ਕਿਲਾ ਜ਼ਮੀਨ ਹੋਰ ਹੈ ਜਿਹੜੀ ਹੂੰ ਹੂੰ ਉਹ ਪਟਵਾਰੀ ਨੇ ਆਪਦੀ ਮਾਂ ਦੇ ਨਾਂ ਕਰਵਾ ਲਈ ਜਦੋਂ ਪੜਤਾਲ ਕੀਤੀ ਤੇ ਪੜਤਾਲ ਦੇ ਵਿੱਚੋਂ ਇਹ ਨਿਕਲਿਆ ਜੀ ਕਿ ਜਿੱਥੇ ਉਹਦੀ ਮਾਂ ਦੇ ਨਾਲ ਜਿਹੜੀ ਜ਼ਮੀਨ ਦਿਖਾਈ ਹੈ ਜੀ ਵੀ ਪਟਵਾਰੀ ਦੀ ਮਾਂ ਨੇ ਗੂੰਗਿਆਂ ਬੋਲਿਆਂ ਦੀ ਮਾਂ ਦੇ ਨਾਲ ਜ਼ਮੀਨ ਕਰਾਤੀ ਕਾਗਜ਼ਾਂ 'ਚ ਲਿਖਤਾ ਲੇਕਿਨ ਅਮਲ ਦੇ ਵਿੱਚ ਜ਼ਮੀਨ ਹੀ ਨਹੀਂ ਹੂੰ ਹੂੰ ਨਾ ਰੈਵਨਿਊ ਰਿਕਾਰਡ 'ਚ ਬੋਲਦਾ ਨਾ ਕੁਝ ਵੀ ਅਕੀਰਨ ਦਿਖਾ ਕੇ ਵਟਾਂਦਰਾ ਕਰ ਲਿਆ ਜੀ ਇਹ ਜਦੋਂ ਰੌਲਾ ਪੈ ਗਿਆ ਡਿਪਟੀ ਕਮਿਸ਼ਨਰ ਹੁੰਦਾ ਸੀ ਇਥੇ ਦੀਪਰਵਾ ਲਖੜਾ ਹੂੰ ਹੂੰ ਆਪਦੇ ਆਪ ਨੂੰ ਤਾਂ ਬੜਾ ਇਮਾਨਦਾਰ ਸਮਝਦਾ ਸੀ ਪਰ ਮੈਂ ਸਮਝਦਾ ਵੀ ਇਮਾਨਦਾਰੀ ਉਸ ਬੰਦੇ ਦੀ ਕੋਈ ਇਮਾਨਦਾਰੀ ਨਹੀਂ ਜਿਹੜਾ ਫਿਰ ਪੋਲਿਟੀਕਲ ਬੰਦਿਆਂ ਦੇ ਥੱਲੇ ਝੁੱਕ ਕੇ ਤੇ ਆਪਦੀ ਡਿਊਟੀ ਨਾ ਨਵਾਵੇ ਜੀ ਦੀਪਰਵਾਲ ਵਾਕੜ ਦੇ ਕੋਲੇ ਜਦੋਂ ਕਾਰਵਾਈ ਆ ਗਈ ਤੇ ਉਹਨੇ ਕਹਿਤਾ ਜੀ ਇਹਦੀ ਪੜਤਾਲ ਕਰਵਾਓ ਪੜਤਾਲ ਕੋ ਪਹੁੰਚਦੇ ਆ ਪਹੁੰਚਦੇ ਤੁਹਾਨੂੰ ਪਤਾ ਥੱਲੇ ਹੀ ਜਾਂਦੀ ਹੈ ਜੀ ਤੇ ਉਹ ਤਹਿਸੀਲਦਾਰ ਨਥਾਣਾ ਕੋਲੇ ਚਲੀ ਗਈ ਹੂੰ ਹੂੰ ਨਥਾਣਾ ਦੇ ਨਹਿ ਤਹਿਸੀਲਦਾਰ ਨੇ ਸਾਰੀ ਪੜਤਾਲ ਕਰਨ ਤੋਂ ਬਾਅਦ ਨਾਲੋਂ ਨਿੱਕੀ ਡਾਕਟਰ ਲੈ ਲਿਆ ਹੂੰ ਹੂੰ ਉਹਨਾਂ ਦਾ ਮੈਡੀਕਲ ਵੀ ਔਰਲ ਮੈਡੀਕਲ ਕਰਵਾ ਲਿਆ ਉਰਲ ਮੈਡੀਕਲ ਦੇ ਵਿੱਚ ਡਾਕਟਰ ਇਹ ਦੱਸਦਾ ਕਿ ਲਿਖਦਾ ਕਿ ਇਹ ਬੰਦੇ ਤਾਂ ਕਾਬਲੀ ਨਹੀਂ ਹੂੰ ਹੂੰ ਜਦੋਂ ਉਹਨਾਂ ਨੂੰ ਕਿਹਾ ਤੁਸੀਂ ਗੂਠੇ ਲਾਇਏ ਹੋ ਉਹਨਾਂ ਦੇ ਗੂਠੇ ਲਾਇਏ ਹੋ ਦਿਖਾਏ ਆ ਜਿਹੜਾ ਤਵਾਦ ਲੈਤੇ ਉਹਨਾਂ ਨੇ ਦਿਖਾਤਾ ਕਿ ਸਿੱਧਾ ਜੀ ਜਿਹੜੇ ਪਹਿਲਾਂ ਵੀ ਜਿੰਨੇ ਵੀ ਕੀਤੇ ਤਾਂ ਹਮੇਸ਼ਾ ਦਸਕਤੀ ਕੀਤੇ ਇਸ ਕਰਕੇ ਇਹ ਗੱਲ ਗੱਲ ਤਾਂ ਉਹਨੇ ਰਿਪੋਰਟ ਕਰਤੀ ਵੱਡੀ ਗੱਲ ਇਹ ਹੈ ਕਿ ਤਸੀਲਦਾਰ ਨੇ ਰਿਪੋਰਟ ਕਰਤੀ ਨੇਪਸੀ ਲਰਨੇ ਕਿ ਇਹਨਾਂ ਨਾਲ ਜੀ ਠੱਗੀ ਬੱਜੀ ਵੀ ਆ ਰਿਕਾਰਡ ਜਿਹੜਾ ਬਣਾਇਆ ਵਾ ਇਹ ਜੈਲੀ ਰਿਕਾਰਡ ਬਣਾਇਆ ਵਾ ਜੀ ਜੋ ਕੁਛ ਪੜਤ ਪਟਵਾਰ ਦੇ ਵਿੱਚ ਲਿਖਿਆ ਪੜਤ ਸਰਕਾਰ ਤੱਕ ਗਈ ਨਹੀਂ ਓ ਹੂੰ ਇਹ ਸਾਰਾ ਕੁਝ ਲਿਖ ਕੇ ਦਿੱਤਾ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਹਰਾਨੀ ਇਸ ਗੱਲ ਦੀ ਹੈ ਕਿ ਕੋਈ ਕਾਰਵਾਈ ਨਹੀਂ ਕੀਤੀ। ਦੱਸੋ ਡੀਸੀ ਨੇ ਐਸ ਡੀ ਐਮ ਨੇ ਸਭ ਨੇ ਇਗਨੋਰ ਕਰਤਾ। ਪੁਲਿਸ ਨੇ ਤਾਂ ਕਰਨੇ ਕੀ ਸੀ। ਹੁਣ ਹੋਇਆ ਕੀ? ਕਿ ਉਹਨਾਂ ਦੀ ਜਿਹੜੀ ਹੈਗੀ ਹੈ ਲਾਲਸਾ ਐਨੀ ਵਧ ਗਈ। ਜੀ ਵੀ ਜ਼ਮੀਨ ਜਾਤ ਦਾ ਹੈ ਹੀ ਹੈ। ਤੇ ਆਪਾਂ ਘਰ 'ਚ ਵੀ ਢਾਕਾ ਮਾਰ ਲੂ। ਜਿਹੜਾ ਉਹਨਾਂ ਦੇ ਘਰ ਦੇ ਵਿੱਚ ਰਹਿੰਦਾ ਸੀ ਜੱਗਾ। ਜੱਗਾ। ਉਹ ਜੱਗੇ ਨੇ ਪਹਿਲਾਂ ਮਾਨ ਨਾਲ ਤੇ ਫੇਰ ਜਿਹੜੀ ਮਗਰਤੀ ਆਈ ਸੀ ਉਹਦੇ ਨਾਲ ਫਿਜ਼ੀਕਲ ਰਿਲੇਸ਼ਨ ਡਿਵੈਲਪ ਕਰ ਲਈ ਫੇਰ ਪਟਵਾਰੀ ਦੇ ਫਿਜ਼ੀਕਲ ਰਿਲੇਸ਼ਨ ਡਿਵੈਲਪ ਕਰਵਾਤੇ ਪਟਵਾਰੀ ਨੇ ਵਿਆਹ ਹੋਣ ਦੇ ਬਾਵਜੂਦ ਆਪਣੀ ਪਹਿਲੀ ਵਾਈਫ ਤੋਂ ਤਲਾਕ ਲੈਣ ਦੇ ਬਾਵਜੂਦ ਬਠਿੰਡੇ ਦੇ ਵਿੱਚ ਇੱਕ ਹੋਰ ਬੀਬੀ ਰੱਖੀ ਵੀ ਅੱਛਾ ਜੀ ਬੜੇ ਪੌਸ਼ ਇਲਾਕੇ ਦੇ ਵਿੱਚ ਉਹਨੂੰ ਕੋਠੀ ਬਣਾ ਕੇ ਦਿੱਤੀ ہوئی ਹੈ ਉਹਦੇ ਜਿਹੜੀ ਬੇਟੀ ਪੈਦਾ ਹੋਈ ਉਸ ਬੇਟੀ ਦੇ ਵਿੱਚ ਪਟਵਾਰੀ ਦਾ ਬਾਪਜਮਾ ਦਾ ਨਾਮ ਲਿਖਿਆ ਹੋਇਆ ਹੈ ਨਾ ਲਿਖਿਆ ਉਹ ਕੁੜੀ ਨੇ ਮੁੜ ਕੇ ਕਿਹਾ ਕਿ ਮੈਨੂੰ ਤਾਂ ਉੱਥੇ ਲਿਜਾ ਕੇ ਉਹ ਲੜਕੀ ਤੇ ਉਹ ਲੇਡੀ ਦੇ ਸਾਹਮਣੇ ਮੇਰੇ ਨਾਲ ਤਾਂ ਜ਼ਬਰਦਸਤ ਨਾ ਕਰਦੇ ਰਹੇ ਹੂੰ ਵੋਏ ਬਾਈ ਪੁਲਿਸ ਨੇ ਕੁਛ ਨਾ ਕੀਤਾ ਫਿਰ ਕਿਸਾਨ ਜੂਨੀਅਨ ਵਾਲੇ ਨੇ ਦੁਬਾਰਾ ਐਜੀਟੇਸ਼ਨ ਕੀਤੀ ਥਾਣੇ ਦਾ ਜਾਮ ਲਾਇਆ ਘਰਾਹੋ ਕੀਤਾ ਹੂੰ ਹੂੰ ਤਾਂ ਫਿਰ ਇੱਕ ਕਹਿੰਦੇ ਜੀ ਚਲੋ ਤੁਹਾਡੀ ਦਰਖਾਸਤ ਲੈ ਲੈਨੇ ਆ ਦਰਖਾਸਤ ਲੈ ਲਈ ਤਿੰਨ ਦਿਨ ਪੁਲਿਸ ਨੇ ਦਰਖਾਸਤ ਮਿਲਣ ਦੇ ਬਾਵਜੂਦ ਉਹ ਕੁੜੀ ਦਾ ਬਿਆਨ ਲਿਖਣ ਦੇ ਬਾਵਜੂਦ ਉਹਦਾ ਮੈਡੀਕਲ ਨਹੀਂ ਕਰਾਇਆ ਮੈਡੀਕਲ ਨਹੀਂ ਕਰਾਇਆ ਤਿੰਨ ਦਿਨਾਂ ਬਾਅਦ ਜਦੋਂ ਉਹਨਾਂ ਨੇ ਫੇਰ ਚੱਕ ਲਿਆ ਆਪਣੇ ਝੰਡੇ ਤੇ ਡੰਡੇ ਕਹਿੰਦੇ ਜੀ ਫੇਰ ਬੈਣੀਆ ਤੇ ਫੇਰ ਪਰਚਾ ਆਪਣਾ ਮੈਡੀਕਲ ਕਰਵਾ ਲਿਆ ਮੈਡੀਕਲ ਪੁਸ਼ਟੀ ਹੋ ਗਈ ਕਿ ਕੁੜੀ 7 ਮਹੀਨੇ ਦੀ ਪ੍ਰੈਗਨੈਂਟ ਹੈ ਤਾਂ ਹੁਣ ਉਹਦੇ ਪਰਚਾ ਦਰਜ ਕਰ ਲਿਆ ਪਟਵਾਰੀ ਤੇ ਵੀ ਕਰ ਲਿਆ ਉਹਦੇ ਕਰਿੰਦੇ ਤੇ ਵੀ ਕਰ ਲਿਆ ਤੇ ਨਾਲ ਬਦਮਾਸ਼ੀ ਫਿਰ ਜਿਹੜੀ ਪੁਲਸੀਆ ਬਦਮਾਸ਼ੀ ਹੁੰਦੀ ਹੈ ਫੇਰ ਰੱਖਦੇ ਹੂੰ ਉਹਦੇ ਵਿੱਚ ਲਿਖਿਆ ਹੈ ਕਿ ਪਟਵਾਰੀ ਦੀ ਪਤਨੀ ਹੂੰ ਦੇ ਸਾਹਮਣੇ ਸਾਰਾ ਕੁਝ ਹੁੰਦਾ ਸੀ ਉਹਦੀ ਮਿਲੀਪੁਖ ਦੇ ਨਾਲ ਤੇ ਜਿਹੜੀ ਪਟਵਾਰੀ ਦੀ ਪਤਨੀ ਉਹਦਾ ਨਾਂ ਨਹੀਂ ਪਾਇਆ ਹੁਣ ਨਾਂ ਕਿਹੜੀ ਪਤਨੀ ਹੈ ਜਿਹੜੀ ਬਿਠਿੰਦੇ ਰਹਿੰਦੀ ਹਾਂ ਜਿਹੜੀ 2 ਨੰਬਰ ਵਾਲੀ ਪਤਨੀ ਹੈ ਜਿਹੜੀ ਬਠਿੰਡੇ ਰਹਿੰਦੀ ਉਹਦਾ ਨਾਂ ਨਹੀਂ ਪਾਇਆ ਕਿਉਂ ਨਹੀਂ ਨਾ ਪਾਇਆ ਹੂੰ ਨਾਂ ਇਸ ਕਰਕੇ ਨਹੀਂ ਪਾਇਆ ਕਿ ਇੱਕ ਵਜ਼ੀਰ ਦਾ ਬਹੁਤ ਵੱਡੇ ਪਾਵਰਫੁੱਲ ਵਜ਼ੀਰ ਦਾ ਜੀ ਪਾਵਰਫੁੱਲ ਰਿਸ਼ਤੇਦਾਰ ਕਹਿੰਦੇ ਜੀ ਉਹ ਆ ਗਿਆ ਹੂੰ ਸਿੱਧਾ ਐਸਐਸਪੀ ਕੋਲੇ ਗਿਆ ਅੱਛਾ ਜੀ ਤੇ ਹੁਣ ਜਿਹੜੀ 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 ਭੂਮਿਕਾ ਨਿਭਾਉਣੀ ਹੈ ਜਿਹੜੀ ਜਿਹੜੇ ਸਾਡੇ ਪੁਲਿਸ ਅਫਸਰ ਹੈ ਜਾਂ ਸਾਡੇ ਜਿਹੜੇ ਸਿਵਲ ਅਫਸਰ ਹੈ ਉਹ ਜਿਹੜੀ ਤਨਖਾਹ ਲੈਂਦੇ ਹੈ ਉਹਨਾਂ ਨੂੰ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਦੇਖ ਜਾਣੇ ਚੋਂ ਪੈਸੇ ਮਿਲਦੀ ਨਾ ਤੇ ਨਾ ਹੀ ਉਹਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦੇਖ ਜਾਣੇ ਚੋਂ ਪ تنخਾਹ ਤੇ ਉਹਨਾਂ ਦੇ ਜਿਹੜੇ ਖਰਚੇ ਵਰਤੀ ਐ ਤਾਂ ਉਹਨਾਂ ਲੋਕਾਂ ਤੋਂ ਮਿਲਦੇ ਆ ਜਿਹੜੇ ਕਮਾਈ ਕਰਕੇ ਆ ਤੇ ਟੈਕਸ ਭਰਦੇ ਹੂੰ ਹੂੰ ਸਰਕਾਰੀ ਖਜ਼ਾਨੇ ਚੋਂ ਤਨਖਾਹਾਂ ਲੈਂਦੇ ਔਰ ਉਹ ਲੋਕ ਜਿਹੜੇ ਹੈਗੇ ਕਨਸਟੀਟਿਊਸ਼ਨ ਦੀ ਕਸਮ ਪਾਉਂਦੇ ਆ ਕਿ ਅਸੀਂ ਬਿਲਕੁਲ ਜਿਹੜਾ ਹੈਗਾ ਜੀ ਨਿਰਪੱਖਤਾ ਨਾਲ ਨੌਕਰੀ ਕਰਾਂਗੇ ਨੌਕਰੀ ਕਰਾਂਗੇ ਇੱਥੇ ਹੁਣ ਸਥਿਤੀ ਐ ਕਿ ਇੱਥੇ ਰੇਪ ਵੀ ਹੋਈ ਜਾਂਦੇ ਐ ਬੰਦੇ ਮਾਰੀ ਵੀ ਜਾਂਦੇ ਐ ਔਰ ਉਹ ਜਿਹੜਾ ਸੀਗਾ ਮੰਗਾ ਸਿੰਘ ਹੂੰ ਅਗਲੀ ਗੱਲ ਜਿਹੜੀ ਰਹਿ ਗਈ ਸੀ ਮੰਗਾ ਸਿੰਘ ਨੂੰ ਜਦੋਂ ਪਤਾ ਲੱਗਿਆ ਕਿ ਉਹ ਚਾਚਾ ਕਹਿੰਦੀ ਸੀ ਕੁੜੀ ਕਿ ਮੇਰੀ ਭਤੀਜੀ ਨਾਲ ਇਹ ਕੁਛ ਕਰਦਾ ਹੈ ਉਹਨੇ ਕਿਹਾ ਵੀ ਇਹ ਤਾਂ ਬੜੀ ਮਾਰੀ ਠੱਗੀ ਵੀ ਮਾਰ ਕੇ ਤੇ ਸਾਡੇ ਘਰ ਦੇ ਵਿੱਚ ਪਾੜ ਵੀ ਲਾ ਲਿਆ ਇਹਨਾਂ ਨੇ ਉਹ ਬੰਦੇ ਨੇ ਵਿਰੋਧ ਕੀਤਾ ਤੇ ਉਹਦਾ ਕਤਲ ਕਰਤਾ ਕਤਲ ਕਰਕੇ ਉਹਦੀ লাশ ਉਹਦੇ ਖੇਤ ਦੇ ਵਿੱਚ ਦੱਬਤੀ ਆ ਹੁਣ ਜਦੋਂ ਪ੍ਰੋਟੈਸਟ ਹੋਇਆ ਤੇ ਫੇਰ লাশ ਲੱਭੀ ਲੱਭੀ 6 ਫੁੱਟ ਲੂੰਗੀ লাশ ਕੱਢ ਕੇ ਸਾਰਾ ਕੁਝ ਹੋ ਗਿਆ ਇਹ ਕੁਝ ਹੋਇਆ ਹੈ ਸਾਬਕਾ ਪ੍ਰਸ਼ਾਸਨ ਮੌਜੂਦਾ ਪ੍ਰਸ਼ਾਸਨ ਸਾਬਕਾ ਸਰਕਾਰ ਮੌਜੂਦਾ ਸਰਕਾਰ ਉਦੋਂ ਵੀ ਵਜ਼ੀਰ ਤੇ ਐਮ ਐਲ اے ਮਦਦ ਕਰਦੇ ਸੀ ਅੱਜ ਵੀ ਵਜ਼ੀਰ ਤੇ ਐਮ ਐਲ اے ਮਦਦ ਕਰਦੇ ਆ ਦੋਸ਼ੀਆਂ ਦੀ ਇੱਕ ਪਟਵਾਰੀ ਕਿੱਡੀ ਕਬੱਡੀ ਚੀਜ਼ ਹੈ ਇਹ ਸਿਸਟਮ ਦੇਖੋ ਕੀ ਹੈ ਆਪਾਂ ਕਹਿੰਦੇ ਕਿ ਜੀ ਲੋਕਤੰਤਰ ਕਿਹੜਾ ਲੋਕਤੰਤਰ ਜੋਗਤੰਤਰ ਹੈ ਠੋਕਤੰਤਰ ਜੋਗਤੰਤਰ ਤੇ ਠੋਕਤੰਤਰ ਹੈ ਛੋਟੇ-ਛੋਟੇ ਬੱਚਿਆਂ ਨੂੰ दारू ਪਿਆਉਣ ਨੂੰ ਤੇ ਦਾਨੇ ਵਾਲਿਆਂ ਸਾਹਿਬ ਉਹ दारू ਪੀਉਣ ਵਾਲਿਆਂ ਦੇ ਖਿਲਾਫ ਕਾਰਵਾਈ ਨਹੀਂ ਕਰਨਾ ਇਹ ਤਾਂ ਬਹੁਤ ਛੋਟਾ ਅਪਰਾਧ ਹੈ ਅਪਰਾਧ ਤਾਂ ਕਿੱਡਾ ਵੱਡਾ ਕਿ ਕੁੜੀ 7 ਮਹੀਨੇ ਦੀ ਪ੍ਰੈਗਨੈਂਟ ਪ੍ਰੈਗਨਟ ਹੋ ਗਈ ਉਹਦਾ ਚਾਚਾ ਜਿਹੜਾ ਮਾੜਾ-ਮੋਟਾ ਵਿਰੋਧ ਕਰਦਾ ਉਹਦਾ ਕਤਲ ਹੋ ਗਿਆ ਉਹਦਾ ਕਤਲ ਹੋ ਗਿਆ ਜ਼ਮੀਨ ਖਾਗੇ ਲੁੱਟ ਲਏ ਫੁੱਟਲੇ ਫੁੱਟਲੇ ਗਾਜਬ ਸਾਈ ਦਾ ਇਹ ਕਿ ਪ੍ਰਸ਼ਾਸਨ ਜਿਹਦਾ ਦਵਾਜਾ ਪੈ ਗਿਆ ਤਾਂ ਫਿਰ ਗੂੰਗੂਲਗਾ ਤੋਂ ਮਿੱਟੀ ਛਾੜ ਦਿੰਦੇ ਨਹੀਂ ਨਹੀਂ ਅਸੀਂ ਕੁਝ ਇਸ ਸਾਨੂੰ ਕੁਝ ਕਰਨਾ ਚਾਹੀਦਾ ਪ੍ਰੈਸ ਵਾਲਿਆਂ ਨੇ ਅਖਬਾਰਾਂ ਦੇ ਵਿੱਚ ਖਬਰਾਂ ਲਿਖੀਆਂ ਵੀ ਹੈ ਸਾਰਾ ਕੁਝ ਕੀਤਾ ਹੈ ਹੁਣ ਇਹ ਫੈਸਲਾ ਕੀਤਾ ਸੀਗਾ ਵੀ ਇਸ ਮਾਮਲੇ ਨੂੰ ਕਿਸੇ ਪ੍ਰਾਪਰ ਥਾਂ ਦੇ ਉੱਤੇ ਉਠਾਇਆ ਜਾਵੇ ਕਿ ਅਸਲ ਦੇ ਵਿੱਚ ਹੂੰ ਹੂੰ ਮੌਜੂਦਾ ਤੇ ਸਾਬਕਾ ਪ੍ਰਸ਼ਾਸਨ ਦੀ ਜਿਹੜੀ ਭੂਮਿਕਾ ਹੈ ਉਹਨੂੰ ਵੀ ਲੈ ਕੇ ਜੀ ਨਾਲ ਜਿਹੜੇ ਇਹ ਕੁਕਰਮ ਹੋਇਆ ਇਹਨਾਂ ਨੂੰ ਲੈ ਕੇ ਕੋਈ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਘਟੋ ਘਟ ਇਹ ਜਾਂਚ ਜਿਹੜੀ ਸੀਬੀਆਈ ਦੇ حوالے ਵੀ ਆਈ ਦੇ حوالے ਵੀ ਆ ਰਿਹਾ ਹੈ। ਔਰ ਇਹਦੇ ਤੇ ਆ ਹੁਣ ਕਰ ਜਿਹੜਾ ਕਰਜਾ ਮਾਫੀ ਦੇ ਸੰਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਆਉਣਾ ਹੈ। ਆਉਣਾ ਹੈ। ਮਹਾਰਾਜ ਤੇ ਫੈਸਲਾ ਕੀਤਾ ਹੈ মিডিਆ ਦੇ ਵੱਲੋਂ ਅਸੀਂ ਇਹ ਮਾਮਲਾ ਮਹਾਰਾਜ ਦੇ ਸਾਹਮਣੇ ਉਠਾਵਾਂਗੇ ਕਿ ਆ ਕੀ ਹੋ ਰਿਹਾ ਹੈ ਘਟੂ ਘਟ ਤੁਸੀਂ ਇਹ ਕਰੋ ਆ ਹਾਲਤ ਹੈ ਸੋ ਕੀ ਕੀ ਚਲੋ ਸਭ ਇਹਦੇ ਤੇ ਸ਼ਬਦ ਨਹੀਂ ਹੈਗੇ ਇਸ ਖਬਰ ਨੂੰ ਕੰਪਾਈਲ ਕਰਨ ਦੇ ਲਈ ਇਸ ਗੱਲਬਾਤ ਨੂੰ